ਕਰ ਦੇਣਾ ਚਾਹੀਦਾ ਜਾਂ ਮੈਂ ਇਸ ਪਰਚੇ ਲਈ ਨਹੀਂ ਗ੍ਰਾਂ ਲਈ ਜਿਵੇਂ ਉਹਨਾਂ ਦੇ ਸਾਹਮਣੇ ਮਾਇਕ ਹੈ ਸਾਡੀ ਪੜ੍ਹਨ ਦੀ ਘਾਟ ਹੈ ਕਿ ਅਸੀਂ ਪੜ੍ਹਨਾ ਨਹੀਂ ਚਾਹੁੰਦੇ ਚੇਤਨ ਤੱਕ ਘੱਟ ਹੈ ਔਰ ਉਸੇ ਮਸਲੇ 'ਤੇ ਜਿਹੜੀ ਸੇਧ ਦਿੱਤੀ ਜਾਂਦੀ ਹੈ ਉਹ ਵੀ ਸੇਧ ਠੀਕ ਨਹੀਂ ਔਰ ਇਸ ਲਈ ਮੈਂ ਆਖਰ ਵਿੱਚ ਇਹੀ ਕਹੂੰਗਾ ਕਿ ਜਿਹੜੀ ਪੱਤਰਕਾਰੀ ਹੈ ਉਸ ਨੂੰ ਜਿੱਥੇ ਕਿ ਖਬਰਾਂ ਦੇਣ ਦੀ ਗੱਲ ਹੈ ਖਬਰਾਂ ਵੀ ਕਿਸ ਢੰਗ ਨਾਲ ਲਾਉਣੀਆਂ ਇਹ ਵੀ ਬਹੁਤ ਜ਼ਿਆਦਾ ਕਾਊਂਟਰ ਕਰਦਾ ਵੀ ਗੱਡੀ ਚੜ੍ਹਾਤਾ ਤਾਂ ਉਸ ਨੂੰ ਦੂਸਰੇ ਢੰਗ ਨਾਲ ਲਾਉਣਾ ਇਸ ਲਈ ਜੇ ਕੋਈ ਐਡੀਟਰ ਕਹੇ ਕਿ ਮੇਰੀ ਜ਼ਿੰਮੇਵਾਰੀ ਨਹੀਂ ਬਿਲਕੁਲ ਮੈਂ ਸਮਝਾਂ ਵੀ ਜਾਂ ਤਾਂ ਉਹ ਆਪ ਬੁੱਧੂ ਬਣਦਾ ਜੋ ਦੂਜਿਆਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦਾ ਔਰ ਇਸ ਲਈ ਜਿਹੜੇ ਪੱਤਰ ਨੇ ਚਾਹੇ ਉਹ ਕਿਸੇ ਵੀ ਵਿਚਾਰਧਾਰਾ ਦੇ ਨੇ ਜਿਹੜੇ ਪ੍ਰੋਗਰੈਸਿਵ ਪੱਤਰ ਨੇ ਉਹਨਾਂ ਨੂੰ ਇਸ ਕਮਿਊਨਿਟੀ ਨੂੰ ਅੱਗੇ ਖੜਨ ਲਈ ਜਿਹੜੇ ਸਾਡੀ ਕਮਿਊਨਿਟੀ ਲਈ ਮਾਰੂ ਗੱਲਾਂ ਉਹਦੇ ਖਿਲਾਫ ਡਟ ਕੇ ਖੜਨਾ ਚਾਹੀਦਾ ਘੱਟੋ ਘੱਟ ਸਾਡਾ ਇੱਕ ਗੱਲ 'ਤੇ ਤਾਂ ਸਾਂਝਾ ਮੁਹਾਸ ਹੈ ਇਸ ਪੱਤਰਕਾਰੀ ਦਾ ਕਿ ਅੱਜ ਦਾ ਜਿਹੜਾ ਪੱਖ ਦਾ ਮਸਲਾ ਜਿੱਥੇ ਸਾਡੇ ਟੀਨੇਜਰ ਦੇ ਪ੍ਰੋਬਲਮ ਹੈ ਔਰ ਬਹੁਤ ਅਹਿਮ ਹੈ ਕਲਚਰਲ ਪ੍ਰੋਬਲਮਸ ਹੈ ਜਿਹਦੇ ਨਾਲ ਪੰਜਾਬੀ ਲੈਂਗੁਏਜ ਦਾ ਫਿਊਚਰ ਵੀ ਹੈ ਉਹਦੇ ਨਾਲ ਹੀ ਅੱਜ ਕਮਿਊਨਿਟੀ ਦੀ ਜਿਹੜੀ ਦੁਫਾੜ ਕੀਤੀ ਜਾ ਰਹੀ ਹੈ ਧਰਮ ਦੇ ਨਾਂ 'ਤੇ ਉਸ ਨੂੰ ਵੀ ਸਾਹਮਣਾ ਕਰਨਾ ਜ਼ਰੂਰੀ ਹੈ ਔਰ ਡਟ ਕੇ ਸਾਹਮਣਾ ਕਰਨਾ ਚਾਹੀਦਾ ਸੁਨਾਮ ਸਿੰਘ ਹੋਣਾ ਤੋਂ ਬਾਅਦ ਹੁਣ ਅਖੀਰ ਦੇ ਵਿੱਚ ਗੁਰਚਰਨ ਰਾਮਪੁਰੀ ਹੋਰੇ ਆਪਣੇ ਪਿਆਰ ਰਾਮਪੁਰੀ ਪ੍ਰਧਾਨ ਜੀ ਅਤੇ ਦੋਸਤੋ ਸੂਫੀ ਸਾਹਿਬ ਦਾ ਪਰਚਾ ਪੜ੍ਹ ਕੇ ਪਹਿਲਾ ਪ੍ਰਭਾਵ ਮੇਰਾ ਇਹ ਪਿਆ ਕਿ ਉਹਨਾਂ ਨੇ ਪੁਰਾਣੇ ਪੱਤਰਕਾਰਾਂ ਔਰ ਪੱਤਰਾਂ ਬਾਰੇ ਬੜੀ ਖੋਜ ਕਰਕੇ ਬੜੇ ਅੱਛੇ ਹਵਾਲੇ ਦਿੱਤੇ ਨੇ ਅਤੇ ਉਹਦੇ 'ਚ ਮੈਂ ਸਮਝਦਾ ਵੀ ਇਹਨਾਂ ਦਾ ਬੜਾ ਵਧੀਆ ਉਪਰਾਲਾ ਅਤੇ ਜਿਵੇਂ ਦੋਸਤਾਂ ਨੇ ਉਹਨਾਂ ਬਾਰੇ ਕੁਛ ਸੁਝਾਅ ਦਿੱਤੇ ਨੇ ਉਹਨਾਂ ਦੀ ਰੋਸ਼ਨੀ 'ਚ ਜੇ ਕੁਛ ਤੁਸੀਂ ਸਾਹਿਬ ਕਰਨਾ ਚਾਹੁਣ ਤਾਂ ਉਹ ਹੋਰ ਵੀ ਚੰਗੀ ਗੱਲ ਹੋਊਗੀ ਅਤੇ ਜੋ ਗੱਲਾਂ ਮੇਰੇ ਮਨ 'ਚ ਆਈਆਂ ਨੇ ਉਹ ਕੁਛ ਤਾਂ ਐਸੀਆਂ ਨੇ ਜਿਹੜੀਆਂ ਸਾਰੇ ਪਰਚਿਆਂ 'ਚ ਸਾਂਝੀਆਂ ਨੇ ਕਿ ਇਸ ਪਰਚੇ 'ਚ ਵੀ ਵਾਕ ਵਣਤਰ ਬਾਰੇ ਕਾਫੀ ਤਰੁੱਟੀਆਂ ਨੇ ਜਿਹੜੀਆਂ ਮੈਂ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਮੈਂ ਚਾਹੁੰਦਾ ਵੀ ਜੇ ਉਹਨਾਂ 'ਤੇ ਧਿਆਨ ਦਿੱਤਾ ਜਾ ਸਕੇ ਜੋ ਕੁਛ ਮੈਂ ਨੋਟ ਕੀਤਾ ਉਹ ਮੈਂ ਇਹਨਾਂ ਨੂੰ ਕਾਪੀ ਦੇ ਦਿਆਂਗਾ ਜੇ ਇਹਨਾਂ ਨੂੰ ਮਨ ਲੱਗੇ ਉਹ ਉਹਦੇ ਬਾਰੇ ਸੋਚ ਲੈਣ ਅਤੇ ਬਾਕੀ ਇਸ ਪਰਚੇ 'ਚ ਕਵਿਤਾ ਦੇ ਹਵਾਲੇ ਪੁਰਾਣੀ ਕਵਿਤਾ ਦੇ ਹਵਾਲੇ ਖਾਸ ਕਰ ਬੜੇ ਢੁਕਵੇਂ ਦਿੱਤੇ ਗਏ ਨੇ ਜਿਵੇਂ ਸੰਸਾਰ ਪਰਚੇ 'ਚੋਂ ਬਹੁਤ ਜਿਹੜੇ ਇਸ ਵੇਲੇ ਵੀ ਰੈਲੇਵੈਂਟ ਨੇ ਖਾਸ ਕਰ ਜਿਸ ਜਿਹਨਾਂ ਹਾਲਾਤ 'ਚੋਂ ਅਸੀਂ ਲੰਘ ਰਹੇ ਹਾਂ ਅੱਜ ਉਹ ਜੇ ਅਸੀਂ 60-70 ਸਾਲ ਪਹਿਲਾਂ ਦੀ ਲਿਖੀ ਪੜ੍ਹੀ ਜਦੋਂ ਪੜ੍ਹਦੇ ਹਾਂ ਤਾਂ ਸਾਨੂੰ ਅੱਜ ਵੀ ਉਹ ਗੱਲਾਂ ਠੀਕ ਲੱਗਦੀਆਂ ਨੇ ਉਹ ਬੜੀ ਅੱਛੀ ਗੱਲ ਹੈ ਅਤੇ ਬਾਕੀ ਇੱਕ ਪਰਚੇ ਬਾਰੇ ਮੈਂ ਇਹਨਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਜਿਹਦੇ ਬਾਰੇ ਜ਼ਿਕਰ ਨਹੀਂ ਆਇਆ ਗੱਲ ਹਾਲਾਂਕਿ ਉਹ ਛੋਟਾ ਜਿਹਾ ਪਰਚਾ ਸੀ ਉਹ ਕੋਹਲੀ ਹੋਰਾਂ ਨੇ ਇੱਕ ਪਰਚਾ ਤਿਮਾਹੀ ਛਾਪਦੇ ਹੁੰਦੇ ਸੀ ਕਦੇ ਤਿਮਾਹੀ ਕਦੇ ਛਮਾਹੀ ਕਦੇ ਮਹੀਨੇਵਾਰ ਉਹ ਇੰਡੋ ਕਨੇਡੀਅਨ ਇੱਕ ਪਰਚਾ ਹੁੰਦਾ ਸੀ ਉਹ ਪਹਿਲੇ ਉਪਰਾਲਿਆਂ 'ਚੋਂ ਹੈ ਜਿਹੜੇ 50s ਵਿੱਚ ਸਾਡੇ ਜਾਣੀ ਮੁੱਖ ਹੁਣ ਦੇ ਪਰਚਿਆਂ ਤੋਂ ਵਤਨੋ ਦੂਰ ਤੋਂ ਜਾਂ ਇੰਡੋ ਕਨੇਡੀਅਨ ਤੋਂ ਜਾਂ ਬਾਕੀ ਉਹਨਾਂ ਪਰਚਿਆਂ ਤੋਂ ਪਹਿਲਾਂ ਇੱਕ ਬਿਲਕੁਲ ਪਰਸਨਲ ਕਿਸਮ ਦਾ ਉਪਰਾਲਾ ਸੀ ਜਿਹੜਾ ਉਹ ਆਪਣੇ ਸ਼ੌਕ ਨੂੰ ਕਰਦੇ ਰਹਿੰਦੇ ਸੀ ਉਹਦੇ ਨਾਲ ਮੈਂ ਵੀ ਥੋੜ੍ਹੀ ਦੇਰ ਸੰਬੰਧਿਤ ਰਿਹਾ ਆਉਣ ਤੋਂ ਬਾਅਦ ਇਸ ਕਰਕੇ ਉਸ ਬਾਰੇ ਇਹ ਸ਼ਾਮਿਲ ਕਰ ਸਕਣ ਅਤੇ ਇੱਕ ਗੱਲ ਜਿਹੜਾ ਪੁਰਾਣੇ ਪਰਚਿਆਂ 'ਚ ਕਿਉਂਕਿ ਮੇਰਾ ਗਿਆਨ ਉਹਨਾਂ ਪਰਚਿਆਂ ਬਾਰੇ ਉਨਾ ਨਹੀਂ ਕਿਉਂਕਿ ਇਹਨਾਂ ਨੇ ਪੜ੍ਹੇ ਨੇ ਜਾਂ ਗਿਆਨੀ ਕਿਸੇ ਹੋਰਾਂ ਨੇ ਪੜ੍ਹੇ ਨੇ ਇੱਕ ਗੱਲ ਮੈਂ ਸਿਰਫ ਧਿਆਨ ਦਿਵਾਉਣਾ ਚਾਹੁੰਦਾ ਵੀ ਇਹ ਜੇ ਮੁਕਾਬਲਾ ਕੀਤਾ ਜਾ ਸਕੇ ਉਸ ਸਮੇਂ ਦੇ ਪਰਚਿਆਂ 'ਚ ਕਮਿਟਮੈਂਟ ਸੀ ਅਤੇ ਵਿੱਚ ਚਿੱਕੜਬਾਜ਼ੀ ਜਿਹੜੀ ਅੱਜ ਦੇ ਪਰਚਿਆਂ 'ਚ ਹੈ ਨਾ ਉਹ ਸ਼ਾਇਦ ਨਹੀਂ ਸੀ ਹੁੰਦੀ ਇਸ ਪਾਸਿਓਂ ਮੇਰਾ ਖਿਆਲ ਉਹਨੂੰ 'ਤੇ ਨਜ਼ਰ ਮਾਰ ਲੈਣੀ ਚਾਹੀਦੀ ਹੈ ਜੇ ਇਹ ਗੱਲ ਉਦੋਂ ਨਹੀਂ ਸੀ ਤਾਂ ਇਹ ਗੱਲ ਪੋਜ਼ਿਟਿਵ ਗੱਲ ਸੀ ਅਤੇ ਇਸ ਦਾ ਮੈਂ ਸਮਝਦਾ ਵੀ ਸਹੀ ਨੋਟਿਸ ਲੈ ਕੇ ਅਤੇ ਹੁਣ ਬਾਰੇ ਇਹ ਕੋਈ ਗੱਲ ਕਹਿਣੀ ਚਾਹੀਦੀ ਹੈ ਵੀ ਇਹ ਨਹੀਂ ਹੋਣੀ ਚਾਹੀਦੀ ਦੂਜੀ ਕਿਹਨਾਂ ਨੇ ਉਸ ਵੇਲੇ ਦੇ ਪਰਚੇ ਦਾ ਜਿਹੜਾ ਸੰਸਾਰ ਵਿੱਚੋਂ ਹਵਾਲਾ ਦਿੱਤਾ ਕਿ ਸੱਸੇ ਦੀ ਥਾਂ 'ਤੇ ਛੱਛਾ ਵਰਤਿਆ ਉਹ ਸਾਰਾ ਹੀ ਉਹਦੇ ਵਿੱਚ ਉਸ ਨਜ਼ਮ 'ਚ ਆ ਉਹਨਾਂ 'ਚ ਜਾਂ ਇਹ ਵਾਰਤਕ ਵੀ ਇਹ ਸਹੀ ਹੈ ਗੱਲ ਪਰ ਮੈਂ ਸਮਝਦਾ ਹੋ ਸਕਦਾ ਉਸ ਸਮੇਂ ਜਿਹੜੀ ਸ਼ਾਹ ਦੀ ਆਵਾਜ਼ ਹੈ ਨਾ ਇਸ ਨੂੰ ਉਹਨਾਂ ਨੇ ਗਲਤੀ ਨਾਲ ਉਸ ਵੇਲੇ ਹੋ ਸਕਦਾ ਸੱਸੇ ਥੱਲੇ ਬਿੰਦੀ ਲਾਉਣ ਦਾ ਰਿਵਾਜ਼ ਨਾ ਹੋਵੇ ਜਿਹੜਾ ਬਾਅਦ 'ਚ ਪਿਆ ਸ਼ਾਇਦ ਉਸ ਗਲਤੀ 'ਚ ਉਹ ਛੱਛਾ ਵਰਤਿਆ ਗਿਆ
ਪਰ ਅੱਜ ਵੀ ਸਾਡੇ ਪਰਚਿਆਂ 'ਚ ਬੇਅੰਤ ਬਿੰਦੀਆਂ ਗਲਤ ਲੱਗ ਰਹੀਆਂ ਨੇ, ਜਿਹਦਾ ਕੋਈ ਵਜ੍ਹਾ ਨਹੀਂ ਹੈ। ਬਈ ਜੇ ਜਿੱਥੇ ਜ਼ਾਲ ਬੋਲਣਾ ਉੱਥੇ ਜੀਮ ਬੋਲੀ ਜਾ ਰਹੀ ਹੈ, ਜਵਾਬ ਨੂੰ ਜਵਾਬ ਲਿਖਿਆ ਜਾ ਰਿਹਾ, ਬੇਦੇ ਥੋਂ ਵੋ ਲਿਖੀ ਜਾ ਰਹੀ ਹੈ, ਉਹਦਾ ਕੋਈ ਰੀਜ਼ਨ ਨਹੀਂ। ਉਹ ਮੈਂ ਕੁਝ ਐਡੀਟਰਾਂ ਨੂੰ ਤਾਂ ਮੈਂ ਕਿਹਾ ਵੀ ਹੈ, ਪਰ ਮੈਨੂੰ ਲੱਗਦਾ ਇਹ ਹੈ ਵੀ ਉਹ ਇਸ ਕੰਨੋਂ ਪਾਈ ਅਤੇ ਇਸ ਕੰਨੋਂ ਕੱਢੀ, ਉਸ ਬਾਰੇ ਜਾਂ ਉਹਨਾਂ ਕੋਲ ਸਮਾਂ ਹੈ ਨਹੀਂ ਅਤੇ ਆ ਉਸ ਨੂੰ ਉਹ ਜ਼ਰੂਰੀ ਗੱਲ ਨਹੀਂ ਸਮਝਦੇ। ਅਤੇ ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਖਿਮਾ ਮੰਗਦਾ। ਥੈਂਕ ਯੂ। ਮੈਂ ਸਾਰੇ ਸਵਾਲ ਕਰਨ ਵਾਲੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਅਸੀਂ ਤਕਰੀਬਨ 4 ਸੱਜਣਾਂ ਤੋਂ 9 ਤੱਕ ਪਹੁੰਚ ਗਏ ਸੀ, ਲੇਕਿਨ 5 ਕੁ ਮਿੰਟ ਅਸੀਂ ਲੇਟ ਹੋ ਰਹੇ ਹਾਂ ਮੇਰੇ ਹਿਸਾਬ ਦੇ ਮੁਤਾਬਕ। ਹੋ ਸਕਦਾ ਅਸੀਂ ਫਿਰ ਵੀ ਸਮੇਂ ਦੇ ਮੁਤਾਬਕ ਪਹੁੰਚ ਕਰਨ ਦੀ ਕੋਸ਼ਿਸ਼ ਕਰੀਏ। ਮੈਂ ਸੁਰਜੀਤ ਕੌਲ ਸੀ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਸੂਫੀ ਜੀ ਬਾਰੇ 2 ਮਿੰਟ ਗੱਲ ਕਹਿਣਾ ਚਾਹੁੰਦੇ ਹਾਂ। ਇਸ ਤੋਂ ਬਾਅਦ ਸੂਫੀ ਜੀ ਹੋਣੀ ਬਾਕੀ ਸਾਰੇ ਜਵਾਲਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇੰਟਰੋਡਕਸ਼ਨ ਤਾਂ ਦੇਣੀ ਨਹੀਂ ਕਿਉਂਕਿ ਇਹ ਪਹਿਲਾਂ ਦਰਸ਼ਨ ਹੋਈ ਕਰਵਾ ਚੁੱਕੇ ਨੇ। ਮੈਂ ਤਾਂ ਸਿਰਫ ਇੰਨਾ ਕਹਿਣਾ ਹੈ ਕਿ ਪਰਚਾ ਕਾਫੀ ਮਿਹਨਤ ਨਾਲ ਲਿਖਿਆ ਹੋਇਆ, ਪਰ ਅਸੀਂ ਜਿਹੜੀ ਵਾਕ ਬਣਤਰ ਅਤੇ ਸ਼ਬਦਾਂ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਇੱਕ ਟੈਕਨੀਕਲ ਜਿਹੜੀ ਆਪਾਂ ਇੱਕ ਗੱਲ ਹੈ ਜਿਹੜੀ ਇਗਨੋਰ ਕਰ ਰਹੇ ਹਾਂ, ਉਹ ਤੁਹਾਨੂੰ ਨਹੀਂ ਪਤਾ ਬੈਕਗਰਾਊਂਡ ਦੇ ਵਿੱਚ ਕੀ ਹੋਇਆ। ਇਹ ਬੱਚੇ ਬਹੁਤ ਕਾਹਲੀ ਕਾਹਲੀ ਲਿਖੇ ਗਏ ਨੇ, ਔਰ ਇਸ ਨੂੰ ਟਾਈਪਸੈਟ ਕਰਨ ਵਾਲੀ ਚਰਨਜੀਤ ਗਿੱਲ ਇੱਕ ਔਰਤ ਨੇ ਇਸ ਨੂੰ ਟਾਈਪਸੈਟ ਕਈ ਦਿਨਾਂ ਦੇ 24 ਘੰਟੇ ਦੇ ਮਤਲਬ ਐਵਰੀ ਡੇ ਦਾ ਕੰਮ ਨਾਲ ਕੀਤਾ ਗਿਆ। ਕਈ ਵਾਰੀ ਸ਼ਬਦ ਜੋੜਾਂ ਦੀਆਂ ਗਲਤੀਆਂ ਰਹਿ ਗਈਆਂ ਨੇ, ਕਦੀ ਰਾਈਟਰਾਂ ਤੋਂ ਆਪਣੇ ਕੋਲੋਂ ਮਤਲਬ ਰਹਿ ਗਈਆਂ ਨੇ ਇਹਨਾਂ ਨੂੰ ਰਿਵਾਈਜ਼ ਕਰਨ ਵਾਲੀਆਂ। ਇਸ ਗੱਲ ਨੂੰ ਇਸ਼ੂ ਨਾ ਬਣਾਇਆ ਜਾਵੇ ਇਹਨਾਂ ਬੱਚਿਆਂ 'ਚ, ਮੇਰੀ ਤਾਂ ਇੰਨੀ ਬੇਨਤੀ ਹੈ। ਕਿਉਂਕਿ ਜਦੋਂ ਅਸੀਂ ਕਿਤਾਬ ਛਾਪਣੀ ਹੈ, ਇਹ ਇੱਕ ਤਰ੍ਹਾਂ ਦਾ ਰਫ ਡਰਾਫਟ ਹੈ, ਹੋ ਸਕਦਾ ਇਹਦੀ 3-4-5 ਰਿਵੀਜ਼ਨਸ ਕੀਤੀਆਂ ਜਾਣ ਛਪਾਉਣ ਤੋਂ ਪਹਿਲਾਂ। ਅਤੇ ਇਸ ਮਤਲਬ ਇਹ ਲੱਗਦਾ ਤਾਂ ਬੜਾ ਔਡ ਹੈ ਕਿਉਂਕਿ ਅਸੀਂ ਬੱਚੇ ਪੜ੍ਹ ਰਹੇ ਹਾਂ, ਪਰ ਸਟਿਲ ਵਾਕ ਬਣਤਰ ਨਹੀਂ ਅਸੀਂ ਇਹਦੇ ਵੱਲ ਕੋਈ ਧਿਆਨ ਦਿੱਤਾ, ਕਿਸੇ ਨੇ ਵੀ ਕਿਸੇ ਨੇ ਸ਼ਬਦ ਜੋੜਾਂ ਵੱਲ ਨਹੀਂ ਦਿੱਤਾ। ਸੋ ਇਹ ਮੇਰਾ ਖਿਆਲ ਹੈ ਵੀ ਇਹ ਇਸ 'ਤੇ ਟਾਈਮ ਵੇਸਟ ਆਪਾਂ ਨਾ ਕਰੀਏ, ਇਹਦਾ ਇਹ ਰੀਜ਼ਨ ਹੈ। ਔਰ ਜਦੋਂ ਰਿਵਾਈਜ਼ ਕੀਤਾ ਜ਼ਰੂਰੀ ਹੈ ਕਿ ਉਸਨੂੰ ਅਸੀਂ ਚੰਗੀ ਤਰ੍ਹਾਂ ਛਾਪਾਂਗੇ। ਮੈਨੂੰ ਬੜੀ ਖੁਸ਼ੀ ਹੋਈ ਆ ਕਿ ਮੇਰੇ ਪਰਚੇ ਦੇ ਸੰਬੰਧ ਵਿੱਚ ਜਿਹੜੇ ਵਿਚਾਰ ਪੇਸ਼ ਕੀਤੇ ਨੇ ਉਹ ਸੱਜਣਾਂ ਨੇ ਬੜੀ ਇਮਾਨਦਾਰੀ ਦੇ ਨਾਲ ਆਪਣੇ ਵੱਲੋਂ ਉਹ ਪੇਸ਼ ਕੀਤੇ ਨੇ, ਅਤੇ ਮੈਂ ਇਹਦੇ ਬਾਰੇ ਹੀ ਕਹਿਣਾ ਚਾਹੁੰਦਾ ਇਹ 'ਚ ਕੋਈ ਸ਼ੱਕ ਨਹੀਂ ਕਿ ਮੇਰੀ ਕਿਸੇ ਪਾਰਟੀ ਦੇ ਨਾਲ ਪ੍ਰਤੀਬੱਧਤਾ ਨਹੀਂ ਉਹ ਹੈਗੀ ਆ, ਬਲਕਿ ਮੈਂ ਵਸਨੂੰ ਦੂਰ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਜਿੱਦਾਂ ਸ਼ਰਮਾ ਹੋਣਾ ਨੇ ਕਿਹਾ ਕਿ ਇਹ ਪਰਚਾ ਛਪਣ ਵੇਲੇ ਨਾਲ ਲਿਖ ਦਿੱਤਾ ਜਾਵੇ ਕਿ ਸੂਫੀ ਲੋਕਤਾ ਦਾ ਐਡੀਟਰ ਆ ਅਤੇ ਇਹਦੀ CPM ਨਾਲ ਪ੍ਰਤੀਬੱਧਤਾ ਵਾ, ਉਹਦੇ ਵਿੱਚ ਵੀ ਲਿਖਿਆ ਹੋਇਆ ਕਿ ਇਹਦੇ ਵਿੱਚ CPM ਦੇ ਵਿਚਾਰਾਂ ਦੇ ਨਾਲ ਇਹ ਖੜ੍ਹਦਾ ਪਰਚਾ। ਇਸ ਕਰਕੇ ਮੇਰਾ ਖਿਆਲ ਆ ਸ਼ਰਮੇ ਹੋਣਾ ਨੇ ਪਰਚਾ ਸੁਣਿਆ ਵੀ ਨਹੀਂ, ਸਾਰਾ ਨੇ ਇੱਥੋਂ ਸੁਣਿਆ ਹੋਣਾ, ਥੋੜ੍ਹੀਆਂ ਗੱਲਾਂ। ਅਤੇ ਦੂਸਰੀ ਗੱਲ ਜਿਹੜੇ ਇਹਦੇ ਵਿੱਚ ਹੈਗਾ ਨਕਸਲੀ ਪ੍ਰਭਾਵ ਬਾਰੇ ਗੱਲ ਮੇਰੀ, ਉਹਦੇ ਬਾਰੇ ਬਹਿਸ ਹੋਣ ਬਾਰੇ ਮੈਂ ਆਪਣੇ ਵੱਲੋਂ ਬਿਲਕੁਲ ਇਸ ਪੱਖ ਦੇ ਨਾਲ ਨਹੀਂ ਇਹ ਲਿਖਿਆ ਕਿ ਮੈਂ ਉਹਦੇ ਖਿਲਾਫ਼ ਜਾਂ ਬਹਿਸ ਹੋ ਕੇ ਲਿਖਾਂ। ਜਿਹੜਾ ਮੈਨੂੰ ਉਹਨਾਂ ਪਰਚਿਆਂ 'ਚੋਂ ਅਨੁਭਵ ਕੀਤਾ ਜਾਂ ਦੇਖਿਆ ਉਸ ਦੇ ਖਿਆਲ ਦੇ ਨਾਲ ਮੈਂ ਇਹ ਮਤਲਬ ਕਮੈਂਟ ਕੀਤੇ ਨੇ, ਅਤੇ ਹੋ ਸਕਦਾ ਵੀ ਘੱਟ ਹੋਣ ਜਾਂ ਵੱਧ ਹੋਣ ਹੋਰਾਂ ਪਰਚਿਆਂ ਦੇ ਸੰਬੰਧ ਵਿੱਚ ਵੀ। ਅਤੇ ਦੂਸਰੀ ਗੱਲ ਜਿਹੜਾ ਅਜਮੇਰ ਹੋਣਾ ਨੇ ਸਿੱਖ ਵਾਇਸ ਅਤੇ ਇੰਡੋ ਕਨੇਡੀਅਨ ਟਾਈਮਜ਼ ਇੰਗਲਿਸ਼ ਬਾਰੇ ਰਾਮਪੁਰੀ ਹੋਣਾ ਨੇ ਕਿਹਾ, ਇਹ ਇਹਨਾਂ ਦੇ ਬਾਰੇ ਸਿੱਖ ਵਾਇਸ ਬਾਰੇ ਤਾਂ ਮੈਨੂੰ ਪਤਾ ਨਹੀਂ ਸੀ, ਇੰਡੋ ਕਨੇਡੀਅਨ ਬਾਰੇ ਮੈਨੂੰ ਜ਼ਰੂਰ ਪਤਾ ਸੀ। ਉਹਨਾਂ ਦਾ ਇਸ ਕਰਕੇ ਨਹੀਂ ਜ਼ਿਕਰ ਕੀਤਾ ਕਿ ਇੰਗਲਿਸ਼ ਪਰਚੇ ਨੇ, ਇੱਥੇ ਅਸੀਂ ਸਿਰਫ ਪੰਜਾਬੀ ਪਰਚਿਆਂ ਦਾ ਹੀ ਜ਼ਿਕਰ ਕਰਨਾ ਸੀ ਇਸ ਕਰਕੇ। ਪਰ ਫਿਰ ਵੀ ਜੇ ਇੱਕ ਲਾਈਨ ਵਿੱਚ ਇਹਦੀ ਆ ਜਾਂਦੀ ਕਿਹਾ ਇੰਗਲਿਸ਼ ਪਰਚੇ ਵੀ ਇੱਥੇ ਛਪਦੇ ਸੀ, ਹੋ ਸਕਦਾ ਇਹਨਾਂ ਕੋਈ ਫਰਕ ਨਾ ਪੈਂਦਾ, ਪਰ ਇਹ ਸਿਰਫ ਪੰਜਾਬੀ ਪਰਚੇ ਲਏ ਸੀ। ਅਤੇ ਉਸ ਤੋਂ ਬਾਅਦ ਇਹ ਹੈ ਕਿ ਜਿੱਥੋਂ ਤੱਕ ਨਵਤੇਜ ਹੋਣਾ ਨੇ ਬਹੁਤ ਸ਼ਾਨਦਾਰ ਸੁਝਾਅ ਦਿੱਤਾ, ਇਹ ਬਾਕੀ ਮੈਂ ਵੀ ਇਹ ਮਹਿਸੂਸ ਕਰਦਾ ਸੀ ਕਿ ਜਿਹੜੇ ਸਾਡੇ ਪਰਚੇ ਨੇ ਜਿਸ ਤਰ੍ਹਾਂ ਕਿ ਵੈਸੇ ਪਹਿਲੇ 2 ਪਰਚਿਆਂ ਦੇ ਥਾਂ 'ਤੇ ਇੱਕ ਥਾਂ 'ਤੇ ਜ਼ਿਕਰ ਕਰਦੇ ਨੇ ਕਿਹਾ ਕਿ ਮਤਲਬ ਇੰਨਾ ਪ੍ਰੈਸ਼ਰ ਸੀਗਾ ਕਿ ਕਿਸੇ ਨਾ ਕਿਸੇ ਢੰਗ ਨਾਲ ਵਿਚਾਰ ਦਿੱਤੇ ਜਾਣ, ਇਹ ਵੀ ਮਹਿਸੂਸ ਨਹੀਂ ਕੀਤਾ ਗਿਆ ਕਿ
ਐਡੀਟਿੰਗ ਕੀ ਹੁੰਦੀ ਆ, ਪੱਤਰਕਾਰੀ ਕੀ ਹੁੰਦੀ ਆ, ਕੁਛ ਨਹੀਂ, ਉਹਨਾਂ ਨੇ ਆਪਣੇ ਸ਼ੁਰੂ ਹੀ ਕਰ ਦਿੱਤਾ ਐਕਸਪੀਰੀਅੰਸ ਦੇ ਵਿੱਚੋਂ ਸਿੱਖਿਆ, ਅਤੇ ਬਾਕੀ ਵੀ ਇੱਥੇ ਜਿਹੜੇ ਪੱਤਰ ਨਿਕਲੇ ਨੇ ਸਾਰੇ ਪੇਪਰ ਮੇਰਾ ਖਿਆਲ ਆ, ਉਹ ਸਾਰਿਆਂ ਨੇ ਐਕਸਪੀਰੀਅੰਸ 'ਚੋਂ ਸਿੱਖਿਆ ਵਾ। ਅਤੇ ਦੂਸਰੀ ਇਸ ਕਰਕੇ ਇਹਦੇ ਵਿੱਚ ਜਿਹੜੀ ਪ੍ਰੋਫੈਸ਼ਨਲ ਟ੍ਰੇਨਿੰਗ ਦੀ ਲੋੜ ਆ ਬਹੁਤ ਮਹੱਤਵਪੂਰਨ ਆ ਪੂਰਨ ਆ, ਅਤੇ ਇਹ ਲੈਣੀ ਚਾਹੀਦੀ ਆ, ਚਾਹੇ ਪਰਚੇ ਚੱਲ ਵੀ ਰਹੇ ਠੀਕ ਵੀ ਫਿਰ ਵੀ ਹੋਵੇ, ਜੇ ਟ੍ਰੇਨਿੰਗ ਨਹੀਂ ਵੀ ਲਈ ਜਾ ਸਕਦੀ ਤਾਂ ਇਸ ਨਾਲ ਸੰਬੰਧਿਤ ਜਿਹੜੀਆਂ ਪੁਸਤਕਾਂ ਨੇ ਉਹ ਅਡਿਟ ਉਹਨਾਂ ਨੂੰ ਜ਼ਰੂਰ ਪੜ੍ਹਨ, ਅਤੇ ਇਹਦਾ ਬਹੁਤ ਲਾਭ ਹੋ ਸਕਦਾ ਵਾ। ਅਤੇ ਹਰੀ ਸ਼ਰਮਾ ਹੋਣਾ ਨੇ ਇੱਕ ਪੱਤਰਕਾਰੀ ਦੇ ਮਤਲਬ ਵਪਾਰਕ ਅਤੇ ਰਾਜਨੀਤਿਕ ਪੱਤਰਕਾਰੀ ਦੇ ਦਾ ਫਰੇਮਾ ਕਰਨ ਬਾਰੇ ਗੱਲ ਕੀਤੀ, ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਇਹ ਜ਼ਰੂਰ ਕੀਤਾ ਜਾਣਾ ਚਾਹੀਦਾ ਸੀ। ਅਤੇ ਬਾਕੀ ਜਿੱਥੋਂ ਤੱਕ ਹੈਗਾ ਅਜਮੇਰ ਹੋਣਾ ਨੇ ਕਿਹਾ ਕਿ ਪੱਤਰਕਾਰੀ ਨਿਰਪੱਖ ਹੋਣੀ ਚਾਹੀਦੀ ਆ, ਇਹਦੇ ਬਾਰੇ ਵੀ ਕਮੈਂਟ ਆ ਵੀ ਚੁੱਕੇ ਕਿ ਪੱਤਰਕਾਰੀ ਨਿਰਪੱਖ ਨਹੀਂ ਹੋ ਸਕਦੀ, ਉਹ ਜ਼ਰੂਰ ਇੱਕ ਜਮਾਤ ਦੇ ਨਾਲ ਜੁੜ ਕੇ ਹੋ ਸਕਦੀ ਆ, ਅਤੇ ਉਹ ਦ੍ਰਿਸ਼ਟੀਕੋਣ ਬਣਿਆ ਹੁੰਦਾ, ਅਤੇ ਉਹ ਉਸ ਤੋਂ ਬਿਨਾਂ ਗੁਜ਼ਾਰਾ ਨਹੀਂ ਗਾ ਅੱਜ ਦੇ ਜੀਵਨ ਦੇ ਵਿੱਚ ਘੱਟੋ ਘੱਟ, ਅਤੇ ਉਹ ਬਾਕੀ ਮਤਲਬ ਨਿਰਪੱਖ ਨਹੀਂ ਹੋ ਸਕਦੀ, ਇੱਕ ਪਾਸੇ ਖੜ੍ਹਨਾ ਹੀ ਪਊ ਲਾਈਨ ਤੋਂ। ਅਤੇ ਇਸ ਦੇ ਨਾਲ ਹੀ ਆਪਣੇ ਕੁਝ ਪਰਚਿਆਂ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ ਨੇ ਮਤਲਬ ਵਿਸ਼ੇ, ਜਿਸ ਤਰ੍ਹਾਂ ਕਿ ਸੁਖਵੰਤ ਹੋਣਾ ਨੇ ਬੰਗਾਲ ਦੇ ਸੰਬੰਧ ਦੇ ਵਿੱਚ ਕਿਹਾ, ਕਿਉਂਕਿ ਇਹ ਭਾਵੇਂ ਪਰਚੇ ਨਿਗਾਹਣੇ ਹੈਗੇ ਨੇ, ਉਹਨਾਂ ਬਾਰੇ ਥੋੜ੍ਹਾ ਕਮੈਂਟ ਹੋਇਆ ਵਾ, ਅਤੇ ਉਹ ਜੇ ਹੋਰ ਥੋੜ੍ਹਾ ਹੋ ਕੇ ਨਾਲ ਦਿੰਦਾ, ਮੇਰਾ ਇਹ ਬਿਲਕੁਲ ਇਰਾਦਾ ਨਹੀਂ, ਕਿਉਂਕਿ ਮੈਂ ਤਾਂ ਬਲਕਿ ਇਹਦੇ 'ਚ ਜਿੱਦਾਂ ਮਤਲਬ ਦੋਸਤ ਵੀ ਇਹ ਕਮੈਂਟ ਕੀਤਾ ਕਿ ਮਤਲਬ ਪਰਚਾ ਜਿਹੜਾ ਇਹ ਖੱਬੇ ਪੱਖੀ ਆ, ਇਸ ਨਾਲ ਕੋਈ ਮਤਭੇਦ ਨਹੀਂ ਰਾਜਨੀਤਿਕ ਨੁਕਤਿਆਂ ਦੇ ਉੱਤੇ ਹੋ ਸਕਦਾ, ਕੋਈ ਗੱਲ ਨਹੀਂ, ਪਰ ਫਿਰ ਵੀ ਜਿਸ ਤਰ੍ਹਾਂ ਕਿ ਪਹਿਲਾਂ ਵੀ ਇਹ ਗੱਲ ਆ ਕਿ ਅਸੀਂ ਸਾਰੇ ਲੋਚਕ ਨੀਗੇ, ਅਤੇ ਇਸ ਤਰ੍ਹਾਂ ਦੀਆਂ ਉਕਾਈਆਂ ਜਿਹੜੀਆਂ ਰਹਿ ਸਕਦੀਆਂ ਹੈਗੀਆਂ ਨੇ। ਅਤੇ ਇੱਕ ਆਹ ਭੁਪਿੰਦਰ ਸਿੰਘ ਧਾਲੀਵਾਲ ਦੇ ਸੰਬੰਧ ਦੇ ਵਿੱਚ ਕਿ ਉਹਨਾਂ ਦਾ ਜ਼ਿਕਰ ਨਹੀਂ ਆਇਆ, ਉਹ ਇਹ ਗੱਲ ਆ ਕਿ ਮੇਰੇ ਕੋਲ ਵਤਨੋਂ ਦੂਰ ਦਾ ਦੂਸਰਾ ਅੰਕ ਸੀ, ਪਹਿਲਾ ਅੰਕ ਮੈਨੂੰ ਨਹੀਂ ਮਿਲ ਸਕਿਆ, ਦੂਸਰੇ ਅੰਕ ਦੇ ਉੱਤੇ ਜਿਹੜੇ ਸੀਗੇ ਬੰਦਿਆਂ ਦੇ ਨਾਂ ਉਹ ਮੈਂ ਉਹਦੇ ਵਿੱਚ ਦਿੱਤੇ ਨੇ ਉਹਦੇ ਅਨੁਸਾਰ। ਇਸ ਕਰਕੇ ਇਹਨਾਂ ਨੇ ਵੀ ਮੈਨੂੰ ਦੱਸਿਆ ਭੁਪਿੰਦਰ ਹੋਣਾ ਨੇ ਕਿ ਤੀਜੇ ਅੰਕ ਤੋਂ ਉਹ ਨਾਲ ਰਹੇ ਨੇ, ਅਤੇ ਮੈਂ ਮਤਲਬ ਵੈਸੇ ਜੇ ਮੈਨੂੰ ਪਹਿਲਾ ਅੰਕ ਹੁੰਦਾ ਫਿਰ ਮੈਂ ਪਹਿਲੇ ਵਾਲੇ ਦੇਣੇ ਸੀ, ਦੂਜੇ ਵਾਲੇ ਨਹੀਂ ਦੇਣੇ ਸੀ। ਇਸ ਕਰਕੇ ਇਹ ਜਿਹੜੀ ਉਪਾਈ, ਅਤੇ ਬਾਕੀ ਵਤਨੋਂ ਦੂਰ ਦੇ ਨਾਲ ਅਨੇਕਾਂ ਬੰਦੇ ਜੁੜਦੇ ਰਹੇ, ਹੋਰ ਪਰਚਿਆਂ ਦੇ ਨਾਲ ਵੀ ਉਹਨਾਂ ਨੇ ਬੜੀ ਕੰਟਰੀਬਿਊਟ ਕੀਤਾ। ਇਸ ਕਰਕੇ ਉਹ ਇਕੱਲੇ ਇਕੱਲੇ ਪਰਚੇ ਦਾ ਜੇ ਇਤਿਹਾਸ ਲਿਖਿਆ ਜਾਵੇ ਜਾਂ ਉਹਦੇ ਬਾਰੇ ਡਿਟੇਲ ਦੇ ਵਿੱਚ ਇੱਕ ਪਰਚੇ ਬਾਰੇ ਕਿਵੇਂ ਕਿਹੜੇ ਉਤਰਾਵਾਂ ਚੜ੍ਹਾਵਾਂ ਚੱਲਣਗੀਆਂ, ਉਹਦੇ ਵਿੱਚ ਉਹ ਸਾਰੀਆਂ ਗੱਲਾਂ ਜ਼ਰੂਰ ਆਉਣੀਆਂ ਚਾਹੀਦੀਆਂ ਨੇ, ਅਤੇ ਇਸ ਨੂੰ ਇਸ ਕਰਕੇ ਉਹ ਇਹਦੇ ਵਿੱਚ ਰਹੀਆਂ ਨੇ, ਕੋਈ ਹੋਰ ਜਾਣ ਬੁੱਝ ਕੇ ਬਿਲਕੁਲ ਨਹੀਂ। ਅਤੇ ਇਸ ਤੋਂ ਬਾਅਦ ਗੱਲ ਇਹ ਆ ਕਿ ਕੋਈ ਵੀ ਵਿਚਾਰ ਜਾਂ ਪਰਚਾ ਜਾਂ ਕੋਈ ਵੀ ਹੋਰ ਚੀਜ਼ ਆ ਉਹ ਕਦੇ ਵੀ ਪੂਰਨ ਨਹੀਂ, ਹਰ ਇੱਕ ਚੀਜ਼ ਆ ਜਿਹੜੀ ਉਹਨੇ ਇੰਟਲੈਕਟੀਕਲ ਮਟੀਰੀਅਲਿਜ਼ਮ ਦੇ ਹਿਸਾਬ ਦੇ ਨਾਲ ਉਹਨੇ ਡਿਵੈਲਪ ਵੀ ਕਰਨਾ, ਉਹਨੇ ਵਿਕਾਸ ਵੀ ਕਰਨਾ ਜਾਂ ਨਿਪੁੱਟਣਾ, ਇੱਕ ਰੂਪ ਦੇ ਵਿੱਚ ਨਹੀਂ ਉਹਨੇ ਖੜ੍ਹਾ ਰਹਿਣਾ, ਉਸਨੇ ਹਰ ਹਾਲਤ 'ਚ ਸੱਜੇ ਜਾਂ ਖੱਬੇ ਭੁਰਨਾ, ਖਤਮ ਹੋਣਾ ਜਾਂ ਵਧਣਾ, ਫੁੱਲਣਾ। ਇਸ ਕਰਕੇ ਇਹ ਪਰਚੇ ਦੇ ਵਿੱਚ ਇਸ ਢੰਗ ਨਾਲ ਵੀ ਮੁਤਾਈਆਂ ਜਿਹੜੀਆਂ ਨੇ ਉਹ ਰਹਿ ਵੀ ਸਕਦੀਆਂ ਨੇ, ਇਹ ਚੰਗਾਈਆਂ ਵੀ ਗਲਤੀਆਂ ਵੀ ਹੋਣਗੀਆਂ। ਅਤੇ ਨਾਲੇ ਕਾਮਰੇਡ ਲੈਨਰ ਦਾ ਇੱਕ ਬੜਾ ਪ੍ਰਸਿੱਧ ਕਥਨ ਆ ਕਿ ਗਲਤੀਆਂ ਜਿਹੜੇ ਨੇ ਕੇਵਲ ਮੁਰਦੇ ਹੀ ਨਹੀਂ ਕਰਦੇ। ਸਾਰੇ ਸਰੋਤਿਆਂ ਦਾ, ਸਵਾਲ ਕਰਨ ਵਾਲੇ ਸੱਜਣਾਂ ਦਾ, ਪ੍ਰਧਾਨ ਜੀ ਅਤੇ ਸੁਸ਼ੀ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬੜੇ ਸੱਚੇ ਢੰਗ ਤਰੀਕੇ ਦੇ ਨਾਲ ਸਵਾਲ ਜਵਾਬ ਕੀਤੇ ਹਨ। ਮੈਨੂੰ ਉਮੀਦ ਹੈ ਕਿ ਬਾਕੀ ਦੇ ਆਉਣ ਵਾਲੇ ਸੈਸ਼ਨ ਵਿੱਚ ਵੀ ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਰਹੇਗਾ। ਹੁਣ ਮੈਂ ਦਰਸ਼ਨ ਗਿੱਲ ਜੀ ਨੇ ਬੇਨਤੀ ਕਰੂੰਗਾ ਕਿ ਉਹ ਆ ਕੇ ਸਟੇਜ 'ਤੇ ਅਗਲਾ ਪ੍ਰੋਗਰਾਮ ਦੇ ਦਰਸ਼ਨ ਗਿੱਲ ਜੀ, ਧੰਨਵਾਦ। ਅਗਲਾ ਪਰਚਾ ਸੰਵਾਦ ਦੀ ਸਮੱਸਿਆ ਦੇ ਉੱਤੇ ਹੈ ਅਤੇ ਉਹ ਸੁਖਿੰਦਰ ਹੋਰਾਂ ਨੂੰ ਪੜ੍ਹਨਾ ਹੈ। ਇਸ ਪਰਚੇ ਦੇ ਮੋਡਰੇਟਰ ਅਵਤਾਰ ਰੋਡੇ ਵਾਲੀ ਹੋਣਗੇ, ਸੋ ਉਹ ਇੱਧਰ ਉੱਤੇ ਸਟੇਜ 'ਤੇ ਆ ਜਾਣ। ਅਵਤਾਰ ਅਤੇ ਅਵਤਾਰ ਰੋਡੇ ਵਾਲੀ ਕੁਰੈਲ ਤੋਂ ਹਨ ਅਤੇ ਇਹ ਕਵਿਤਾਵਾਂ ਵੀ ਅਕਸਰ ਕਾਫੀ ਦੇਰ ਤੋਂ ਲਿਖਦੇ ਹਨ, ਪਤਨ ਦੂਰ ਦੇ ਨਾਲ ਵੀ ਅਟੈਚ ਰਹੇ ਹਨ ਅਤੇ ਸੁਣਿਆ ਹੈ ਕਿ ਅੱਜ ਕੱਲ੍ਹ ਨਾਵਲ ਲਿਖਣ ਵਿੱਚ ਜੁਟੇ ਹੋਏ ਹਨ।
ਸੋ ਪੁੱਤਰ ਹੁਣ ਸੁਖਿੰਦਰ ਹੋਰਾ ਬਾਰੇ ਸੁਰਜੀਤ ਹੋਰੀ ਕੋਈ ਸ਼ਬਦ ਕਹਿਣ ਮੇਰਾ ਪਰਚਾ ਹੈ ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਸੰਵਾਦ ਦੀ ਸਮੱਸਿਆ ਕਿਉਂਕਿ ਸਮਾਂ ਮੇਰਾ ਖਿਆਲ 10 ਮਿੰਟ ਹੀ ਕੀਤਾ ਗਿਆ ਮੈਂ ਕੁਛ ਮੁੱਖ ਗੱਲਾਂ ਵੱਲ ਤੁਹਾਡਾ ਧਿਆਨ ਦਿਵਾਵਾਂਗਾ ਪਰਚੇ ਵਿੱਚ ਮੈਂ ਜਿਹੜੀ ਮੂਲ ਗੱਲ ਕਹੀ ਹੈ ਉਹ ਇਹ ਹੈ ਵੀ ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਸੰਵਾਦ ਸ਼ਬਦ ਨੂੰ ਇੱਕ ਟੈਬੂ ਦਾ ਦਰਜਾ ਦਿੱਤਾ ਜਾ ਚੁੱਕਾ ਜਾਂਦਾ ਔਰ ਇਹ ਜਿਹੜੀ ਮੇਰੀ ਧਾਰਨਾ ਬਣੀ ਹੈ ਪਿਛਲੇ ਤਕਰੀਬਨ 1 ਦਹਾਕੇ ਦੇ ਵਿੱਚ ਜੋ ਕੁਛ ਮੈਂ ਦੇਖਿਆ ਕੈਨੇਡਾ ਦੇ ਵਿੱਚ ਪੰਜਾਬੀ ਸਾਹਿਤ ਵਿੱਚ ਹੋਇਆ ਉਹਦਾ ਅਧਿਐਨ ਕਰਨ ਤੋਂ ਬਾਅਦ ਮੈਂ ਇਹ ਵਿਚਾਰ ਬਣਾਇਆ ਔਰ ਇਸ ਪਰਚੇ ਦੇ ਵਿੱਚ ਮੈਂ ਇਹ ਜਿਹੜੀ ਸਾਰੀ ਸਥਿਤੀ ਹੈ ਇਹਦੇ ਕਾਰਨਾਂ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਇਤਿਹਾਸਕ ਹਵਾਲਿਆਂ ਦੀ ਮਦਦ ਨਾਲ ਆਪਣੇ ਸਮਕਾਲੀ ਲੇਖਕਾਂ ਵਿੱਚ ਸੰਵਾਦ ਸ਼ਬਦ ਦੀ ਮਹੱਤਤਾ ਬਾਰੇ ਚੇਤਨਤਾ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਇਹ ਵੀ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਵੱਲੋਂ ਕੁਛ ਇਹ ਦੱਸਣ ਦੀ ਕੋਸ਼ਿਸ਼ ਕਰਾਂ ਕਿ ਉਹ ਕਿਹੜੇ ਯਤਨ ਹੈ ਜਾਂ ਕਿਹੋ ਜਿਹੇ ਯਤਨ ਹੈ ਜਿਨ੍ਹਾਂ ਨਾਲ ਅਸੀਂ ਇਸ ਸੰਵਾਦ ਦੀ ਅਣਹੋਂਦ ਵਾਲੀ ਸਥਿਤੀ ਨੂੰ ਬਦਲ ਸਕਦੇ ਹਾਂ ਜਿਹੜਾ ਸਭ ਤੋਂ ਮੈਂ ਮੂਲ ਕਾਰਨ ਦੇਖਿਆ ਇਹ ਇਹੋ ਜਿਹੇ ਸੰਵਾਦ ਦੀ ਅਣਹੋਂਦ ਵਿੱਚ ਉਹ ਇਹ ਹੈ ਵੀ ਲੇਖਕਾਂ ਵਿੱਚ ਇਸ ਗੱਲ ਦੀ ਚੇਤਨਤਾ ਦੀ ਘਾਟ ਹੈ ਕੈਨੇਡਾ ਵਿੱਚ ਕਿ ਸਾਹਿਤਕ ਸੰਵਾਦ ਦੀ ਕਿੰਨੀ ਕੁ ਮਹੱਤਤਾ ਹੁੰਦੀ ਹੈ ਔਰ ਇਹ ਜਿਹੜੀ ਚੇਤਨਤਾ ਦੀ ਘਾਟ ਹੈ ਮੇਰੇ ਖਿਆਲ ਨਾਲ ਕੈਨੇਡਾ ਦੇ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਲੇਖਕਾਂ ਵਿੱਚ ਸਭ ਤੋਂ ਵਧੇਰੇ ਹੈ ਔਰ ਇਹਦੇ ਕਈ ਕਾਰਨ ਨੇ ਮੈਂ ਸਮਝਦਾ ਵੀ ਇਹਦੇ 'ਚੋਂ ਇੱਕ ਮੂਲ ਕਾਰਨ ਜਿਹੜਾ ਉਹ ਇਹ ਹੈ ਬਈ ਬਹੁਤ ਸਾਰੇ ਜਿਹੜੇ ਲੇਖਕ ਹੈ ਉਹ ਸੰਵਾਦ ਰਚਾਉਣ ਤੋਂ ਹੀ ਝਿਜਕਦੇ ਆ ਉਹ ਕਿਉਂ ਝਿਜਕਦੇ ਆ ਹੋ ਸਕਦਾ ਕਈ ਸਾਰੇ ਲੇਖਕਾਂ ਦੇ ਵਿੱਚ ਹੀਨ ਭਾਵਨਾ ਹੋਵੇ ਬਈ ਉਹ ਸਮਰੱਥ ਤਾਂ ਹੈਗੇ ਆ ਪਰ ਉਹ ਇਹ ਸਮਝਦੇ ਵੀ ਇਹ ਸ਼ਾਇਦ ਅਸੀਂ ਰਚਾ ਹੀ ਨਹੀਂ ਸਕਦੇ ਇਹੋ ਜਿਹਾ ਸੰਵਾਦ ਬਈ ਜੇ ਸੰਵਾਦ ਰਚਾਵਾਂਗੇ ਤਾਂ ਪਤਾ ਨਹੀਂ ਕਿਹੋ ਜਿਹਾ ਹੋਊਗਾ ਔਰ ਉਹਦੇ ਪਤਾ ਨਹੀਂ ਸਾਨੂੰ ਕਿਹੋ ਜਿਹੇ ਨਤੀਜੇ ਭੁਗਤਣੇ ਪੈਣਗੇ ਔਰ ਇਹਦੇ ਨਾਲ ਇਹ ਵੀ ਹੋ ਸਕਦਾ ਵੀ ਬਹੁਤ ਸਾਰੇ ਲੇਖਕ ਹੈ ਜਿਹੜੇ ਸਾਡੇ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਸੰਬੰਧਿਤ ਜਾਂ ਦੂਸਰੇ ਜਿਹੜੇ ਲੇਖਕ ਹੈਗੇ ਆ ਉਹਨਾਂ ਨੂੰ ਇਹੋ ਜਿਹੇ ਕੋਈ ਮੌਕਾ ਹੀ ਨਾ ਕਦੀ ਮਿਲੇ ਹੋਣ ਬਈ ਜਿਹਨੂੰ ਅਸੀਂ ਇੱਕ ਤਰ੍ਹਾਂ ਦਾ ਕਹਿੰਦੇ ਹਾਂ ਵੀ ਸਾਹਿਤਕ ਸੱਭਿਆਚਾਰ ਉਸ ਤਰ੍ਹਾਂ ਦੇ ਸਾਹਿਤਕ ਸੱਭਿਆਚਾਰ ਵਿੱਚ ਵਿਚਰਨ ਦੇ ਮੌਕੇ ਹੀ ਨਾ ਮਿਲੇ ਹੋਣ ਜਦੋਂ ਮੈਂ ਕਹਿੰਦਾ ਸਾਹਿਤਕ ਸੱਭਿਆਚਾਰ ਮੈਂ ਕਹਿੰਦਾ ਵੀ ਜਿਸ ਤਰ੍ਹਾਂ ਦੀਆਂ ਕੋਈ ਸਾਹਿਤਕ ਕਾਨਫਰੰਸਾਂ ਹੁੰਦੀਆਂ ਜਾਂ ਸੱਭਿਆਚਾਰਕ ਕਾਨਫਰੰਸਾਂ ਹੁੰਦੀਆਂ ਉਹਨਾਂ ਨੂੰ ਉਹਨਾਂ ਕਾਨਫਰੰਸਾਂ ਵਿੱਚ ਭਾਗ ਲੈਣ ਦੇ ਮੌਕੇ ਹੀ ਨਾ ਮਿਲੇ ਹੋਣ ਔਰ ਉਹ ਇਸ ਗੱਲ ਨੂੰ ਸਮਝਦੇ ਹੀ ਨਾ ਹੋਣ ਵੀ ਇਹੋ ਜਿਹੇ ਸੰਵਾਦ ਦੀ ਕੀ ਮਹੱਤਤਾ ਹੁੰਦੀ ਹੈ ਔਰ ਇਹਦੇ ਨਾਲ ਹੀ ਮੈਂ ਜਿਹੜੇ ਬੰਦਾ
ਜਾਂ ਲੇਖਕਾਂ ਬਾਰੇ ਗੱਲ ਕਰ ਰਿਹਾ ਜਾਂ ਬੁੱਧੀਜੀਵੀਆਂ ਬਾਰੇ ਗੱਲ ਕਰ ਰਿਹਾ, ਉਹਨਾਂ 'ਚ ਕੁਛ ਲੇਖਕ ਇਹੋ ਜਿਹੇ ਵੀ ਹੈਗੇ ਆ ਜਿਹਨਾਂ ਨੂੰ ਮੈਂ ਸਮਝਦਾ ਵੀ ਉਹ ਸਮਝਦੇ ਵੀ ਅੱਜ ਕੱਲ੍ਹ ਦੀਆਂ ਜਿਹੜੀਆਂ ਮੌਜੂਦਾ ਪਰਿਸਥਿਤੀਆਂ ਉਹਦੇ ਵਿੱਚ ਸਾਹਿਤ ਜਿਹੜਾ ਉਹਨੂੰ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਡਿਸਿਪਲਿਨ ਸਵੀਕਾਰ ਕਰ ਚੁੱਕੇ ਜਾਪਦੇ ਆ ਵੀ ਇਹਦੇ ਵਿੱਚ ਸੰਵਾਦ ਹੋ ਹੀ ਨਹੀਂ ਸਕਦਾ। ਔਰ ਇਹਦੇ ਨਾਲ ਜਿਹੜੀ ਅੱਗੇ ਮੈਂ ਗੱਲ ਕਹਿਣੀ ਚਾਹੁੰਦਾ ਉਹ ਇਹ ਵੀ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਜਿਹੜੇ ਖਾਸ ਤੌਰ 'ਤੇ ਲੇਖਕ ਜੁੜੇ ਹੋਏ ਆ ਉਹ ਆਪਣੀ ਵਿਚਾਰਧਾਰਾ ਨੂੰ ਤਾਂ ਸਮਝਦੇ ਆ ਪਰ ਉਹਦੇ ਅਮਲੀ ਰੂਪ ਨੂੰ ਨਹੀਂ ਸਮਝਦੇ। ਔਰ ਉਸ ਅਮਲੀ ਰੂਪ ਨੂੰ ਸਮਝਣ ਦੀ ਮੈਂ ਇੱਕ ਜਿਹੜੀ ਖਾਸ ਉਦਾਹਰਣ ਦਿੱਤੀ ਆਪਣੇ ਪਰਚੇ ਵਿੱਚ, ਉਹ ਮੈਂ ਗੁਰਸ਼ਰਨ ਸਿੰਘ ਪੰਜਾਬੀ ਨਾਟਕਕਾਰ ਦੀ ਉਦਾਹਰਣ ਦਿੱਤੀ ਆ ਵੀ ਉਹ ਅਮਲੀ ਰੂਪ ਦੇ ਵਿੱਚ ਸਾਰੀ ਗੱਲ ਲੋਕਾਂ ਦੇ ਸਾਹਮਣੇ ਲਿਆ ਰਿਹਾ ਵੀ ਸੰਵਾਦ ਦੀ ਕੀ ਮਹੱਤਤਾ ਔਰ ਉਹ ਕਿਸ ਤਰ੍ਹਾਂ ਲਿਆ ਰਿਹਾ ਉਹ ਆਪਣੇ ਡਰਾਮਿਆਂ ਦੇ ਰੂਪ ਵਿੱਚ, ਆਪਣੀ ਪੱਤਰਕਾਰੀ ਦੇ ਰੂਪ ਵਿੱਚ, ਔਰ ਜਾਂ ਉਹ ਕਿਸੇ ਸੈਮੀਨਾਰ ਦੇ ਵਿੱਚ ਭਾਗ ਲੈਂਦਾ ਉਹ ਆਪਣੀਆਂ ਸਾਰੀਆਂ ਗੱਲਾਂ ਕਹਿ ਕੇ ਆਪਣੇ ਸਮਕਾਲੀ ਲੇਖਕਾਂ ਨਾਲ ਔਰ ਆਪਣੇ ਦਰਸ਼ਕਾਂ ਨਾਲ ਔਰ ਆਪਣੇ ਪਾਠਕਾਂ ਨਾਲ ਸੰਵਾਦ ਕਰਦਾ। ਕੈਨੇਡਾ ਦੇ ਪੰਜਾਬੀ ਸਾਹਿਤ ਵਿੱਚ ਜਦੋਂ ਮੈਂ ਕਿਹਾ ਵੀ ਸੰਵਾਦ ਦੀ ਅਣਹੋਂਦ ਹੈ, ਇਹ ਅਣਹੋਂਦ ਹੈ ਜਿਹੜੀ ਮੈਂ ਸਮਝਦਾ ਵੀ ਥ੍ਰੀ ਲੈਵਲਸ 'ਤੇ ਜਾਂ ਤਿੰਨ ਸਤਾਂ 'ਤੇ ਹੀ ਹੈ ਨਹੀਂ। ਉਹ ਜਿਹੜੀਆਂ ਤਿੰਨ ਸਤਾਂ ਜਾਂ ਜਿਹੜੇ ਤਿੰਨ ਲੈਵਲ ਮੈਂ ਗਿਣੇ ਆ ਉਹ ਹੈ ਬਈ ਇਹ ਸੰਵਾਦ ਲੇਖਕਾਂ ਅਤੇ ਲੇਖਕਾਂ ਵਿੱਚ ਹੈ ਨਹੀਂ, ਲੇਖਕਾਂ ਅਤੇ ਆਲੋਚਕਾਂ ਵਿੱਚ ਵੀ ਹੈ ਨਹੀਂ, ਔਰ ਲੇਖਕਾਂ ਅਤੇ ਪਾਠਕਾਂ ਵਿੱਚ ਵੀ ਹੈ ਨਹੀਂ। ਇਹ ਤਿੰਨੋਂ ਹੀ ਸਤਾਂ 'ਤੇ ਸੰਵਾਦ ਹੈ ਨਹੀਂ, ਜਿਸ ਤਰ੍ਹਾਂ ਦਾ ਮੈਂ ਸਮਝਦਾ ਕਿ ਸੰਵਾਦ ਹੋਣਾ ਚਾਹੀਦਾ। ਜਦੋਂ ਮੈਂ ਕਹਿੰਦਾ ਵੀ ਲੇਖਕਾਂ ਅਤੇ ਲੇਖਕਾਂ ਵਿੱਚ ਸੰਵਾਦ ਹੈ ਨਹੀਂ ਉਦੋਂ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਲੇਖਕਾਂ ਅਤੇ ਲੇਖਕਾਂ ਦੇ ਵਿੱਚ ਸੰਵਾਦ ਨਾ ਹੋਣ ਦੇ ਕਿਹੋ ਜਿਹੇ ਨੁਕਸਾਨ ਹੋਏ ਜਾਂ ਹੁੰਦੇ ਆ। ਲੇਖਕਾਂ ਅਤੇ ਲੇਖਕਾਂ ਵਿੱਚ ਸੰਵਾਦ ਨਾ ਹੋਣ ਕਰਕੇ ਮੈਂ ਸਮਝਦਾ ਵੀ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਰਹਿੰਦੀਆਂ, ਜਿਸ ਤਰ੍ਹਾਂ ਮੈਂ ਕਹਿੰਦਾ ਵੀ ਰਚਨਾ ਅਤੇ ਰਚਨਾਕਾਰ ਦਾ ਜਿਹੜਾ ਰਿਸ਼ਤਾ ਇਹਦੇ ਬਾਰੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ, ਖਾਸ ਤੌਰ 'ਤੇ ਜਿਸ ਤਰ੍ਹਾਂ ਦਾ ਹੁਣ ਮੌਜੂਦਾ ਮਾਹੌਲ ਹੈ ਜਾਂ ਅਸੀਂ ਪਰਿਸਥਿਤੀਆਂ ਦਾ ਸਾਹਮਣਾ ਕਰ ਰਹੇ ਹਾਂ ਇਹਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਸਮੱਸਿਆਵਾਂ ਪੈਦਾ ਹੋਈਆਂ। ਜੇ ਅਸੀਂ ਸੰਵਾਦ ਨਹੀਂ ਕਰਾਂਗੇ ਤਾਂ ਇਹੋ ਜਿਹੀ ਸਮੱਸਿਆ ਜਿਹੜੀ ਹੋਰ ਵੱਧਦੀ ਰਹੇਗੀ। ਔਰ ਇਸੇ ਤਰ੍ਹਾਂ ਹੀ ਮੈਂ ਇਹ ਗੱਲ ਇੱਕ ਹੋਰ ਕਹਿਣੀ ਚਾਹੁੰਦਾ, ਜਿਸ ਤਰ੍ਹਾਂ ਸਾਡੇ ਦੇਖਣ ਵਿੱਚ ਆਇਆ ਜਿਵੇਂ ਜੇ ਮੈਂ ਨਾਮ ਲੈਣ ਤੋਂ ਵੀ ਪਰਹੇਜ਼ ਨਹੀਂ ਕਰਾਂਗਾ ਤਾਂ ਜਿਵੇਂ ਲੇਖਕ ਹੈਗੇ ਰਵਿੰਦਰ ਰਵੀ ਜਾਂ ਉਹਦੇ ਸਾਥੀ ਚਰਨ ਸਿੰਘ ਜਾਂ ਗੁਰਦੇਵ ਸਿੰਘ ਮਾਨ ਜਾਂ ਉਸ ਤਰ੍ਹਾਂ ਦੇ ਜਿਹੜੇ ਲੇਖਕ ਹੈਗੇ ਆ ਇਹ ਆਪਣੇ ਆਪ ਨੂੰ ਆਧੁਨਿਕ ਭਾਵ ਬਹੁਤ ਔਰ ਗਲੋਬਲੀ ਚੇਤਨਤਾ ਦੇ ਲੇਖਕ ਕਹਿੰਦੇ ਆ, ਪਰ ਜਿਹੜੇ ਉਹਨਾਂ ਨੇ ਲਿਖਤਾਂ ਲਿਖੀਆਂ ਜਾਂ ਉਹ ਜਿਸ ਤਰ੍ਹਾਂ ਦਾ ਉਹਨਾਂ ਦਾ ਬਿਹੇਵੀਅਰ ਦੇਖਣ ਵਿੱਚ ਆਇਆ ਉਹ ਸਾਰਾ ਰੂੜੀਵਾਦੀ ਔਰ ਸੰਕੀਰਨਤਾਵਾਦੀ ਹੈ। ਜੇ ਅਸੀਂ ਇਹੋ ਜਿਹੇ ਲੇਖਕਾਂ ਨਾਲ ਸੰਵਾਦ ਨਹੀਂ ਰਚਾਵਾਂਗੇ ਤਾਂ ਸਾਡੇ ਜਿਹੜੇ ਪਾਠਕ ਹੈ ਜਾਂ ਜਿਹੜੀ ਜਨਤਾ ਹੈ ਉਹ ਇਹ ਗੱਲ ਨੂੰ ਸਮਝ ਨਹੀਂ ਸਕੇਗੀ। ਸੋ ਇਸ ਤਰ੍ਹਾਂ ਦਾ ਲੇਖਕਾਂ ਔਰ ਲੇਖਕਾਂ ਦੇ ਦਰਮਿਆਨ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ। ਜਦੋਂ ਮੈਂ ਕਹਿੰਦਾ ਵੀ ਲੇਖਕਾਂ ਅਤੇ ਆਲੋਚਕਾਂ ਵਿੱਚ ਸੰਵਾਦ ਨਹੀਂ ਹੋ ਰਿਹਾ ਤਾਂ ਉਦੋਂ ਮੈਂ ਇਹ ਤੁਹਾਡੇ ਧਿਆਨ ਵਿੱਚ ਗੱਲ ਲਿਆਉਣੀ ਚਾਹੁੰਦਾ ਵੀ ਜਦੋਂ ਲੇਖਕਾਂ ਔਰ ਆਲੋਚਕਾਂ ਵਿੱਚ ਸੰਵਾਦ ਨਹੀਂ ਹੋ ਰਿਹਾ ਹੁੰਦਾ ਤਾਂ ਆਲੋਚਨਾ ਵੀ ਜਨਮ ਨਹੀਂ ਲੈਂਦੀ। ਔਰ ਕੈਨੇਡਾ ਦੇ ਸਾਹਿਤ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਅਜੇ ਤੱਕ ਸਾਡੇ ਕੋਲ ਪੰਜਾਬੀ ਆਲੋਚਨਾ ਦੀ ਕੋਈ ਪਰੰਪਰਾ ਨਹੀਂ ਬਣ ਸਕਦੀ। ਜਦੋਂ ਵੀ ਆਲੋਚਨਾ ਦੀ ਪਰੰਪਰਾ ਹੀ ਨਹੀਂ ਬਣ ਸਕਦੀ ਤਾਂ ਸਾਡੇ ਕੋਲ ਜਿਹੜਾ ਪਿਛਲੇ 10, 15, 20, 50 ਸਾਲ ਦਾ ਪੰਜਾਬੀ ਸਾਹਿਤ ਹੈ ਉਹਨੂੰ ਅਸੀਂ ਕਿਵੇਂ ਦੇਖਾਂ, ਕਿਹੜੇ ਮਾਪਦੰਡ ਆ ਸਾਡੇ ਕੋਲ ਵੀ ਜਿਨ੍ਹਾਂ ਦੇ ਨਾਲ ਅਸੀਂ ਉਹਨੂੰ ਪਰਖ ਸਕਦੇ ਹਾਂ। ਅਤੇ ਜੇ ਉਹ ਜਿਹੜੇ ਮਾਪਦੰਡ ਹੈ ਉਹਨਾਂ ਦਾ ਸਾਨੂੰ ਨਹੀਂ ਪਤਾ, ਜੇ ਅਸੀਂ ਉਹਨਾਂ ਦਾ ਪੁਨਰ ਨਿਰੀਖਣ ਨਹੀਂ ਕਰਦੇ ਰਹਿੰਦੇ ਤਾਂ ਉਹਨਾਂ ਦੇ ਵਿੱਚ ਇੱਕ ਸਟੈਗਨੇਸ਼ਨ ਆ ਜਾਏਗੀ ਵੀ ਜਿਹੋ ਜਿਹੇ ਵੀ ਉਹ ਮਾਪਦੰਡ ਹੈਗੇ ਉਹ ਕਸੇ ਪਿੱਛੇ ਉਹਨਾਂ ਦੇ ਨਾਲ ਹੀ ਅਸੀਂ ਸਾਰਾ ਕੁਛ ਦੇਖਦੇ ਰਹਾਂਗੇ। ਔਰ ਉਹੋ ਜਿਹੀਆਂ ਕੁਛ ਗੱਲਾਂ ਸਾਡੇ ਸਾਹਮਣੇ ਜਿਹੜੇ ਹੁਣ ਤੱਕ ਪਰਚੇ ਪੜ੍ਹੇ ਗਏ ਆ ਉਹਨਾਂ ਨੇ ਜ਼ਾਹਰ ਵੀ ਕਰ ਦਿੱਤਾ ਕਿ ਸਾਡੇ ਮਾਪਦੰਡ ਹੈ ਜਿਹੜੇ ਸਾਹਿਤ ਦੇ ਕਿਹੋ ਜਿਹੇ ਨੇ ਆਧੁਨਿਕ ਪਰਿਸਥਿਤੀਆਂ ਦੇ ਮੁਤਾਬਕ ਨਹੀਂ। ਜਦੋਂ ਮੈਂ ਕਹਿੰਦਾ ਕਿ ਲੇਖਕਾਂ ਔਰ ਪਾਠਕਾਂ ਦੇ ਦਰਮਿਆਨ ਸੰਵਾਦ ਨਹੀਂ ਹੈ ਉਹਦੀ ਮਹੱਤਤਾ ਇਸ ਗੱਲ ਵਿੱਚ ਹੈ ਜਿਹੜੀ ਹੁਣ ਜਿਵੇਂ ਪੱਤਰਕਾਰੀ ਦੇ ਸੰਬੰਧ ਵਿੱਚ ਵੀ ਹੁਣ ਸੂਫੀ ਹੋਰਾਂ ਦੇ ਪਰਚੇ ਦੇ ਵਿੱਚ ਗੱਲ ਚੱਲੀ ਹੈ ਵੀ ਜਦੋਂ ਪਾਠਕਾਂ
ਦੇ ਨਾਲ ਸੰਵਾਦ ਨਹੀਂ ਹੋ ਰਿਹਾ ਤਾਂ ਕੈਨੇਡਾ ਇੰਡੋ ਕੈਨੇਡੀਅਨ ਵਰਗੇ ਅਖਬਾਰਾਂ ਨੇ ਜਿਹੋ ਜਿਹਾ ਮਾਹੌਲ ਪੈਦਾ ਕੀਤਾ ਉਹਨੂੰ ਤੁਸੀਂ ਕਿਵੇਂ ਵਿਰੋਧ ਕਰ ਸਕਦੇ ਹੋ ਉਹਦਾ ਜੇ ਪਾਠਕਾਂ ਨੂੰ ਤੁਸੀਂ ਮੌਕਾ ਹੀ ਨਹੀਂ ਦੇ ਰਹੇ ਕਿ ਪਾਠਕ ਤੁਹਾਡੇ ਅਖਬਾਰ ਵਿੱਚ ਜਾਂ ਤੁਹਾਡੀ ਪੱਤਰਕਾਰ 'ਚ ਦੱਸ ਸਕਣ ਬਈ ਉਹਨਾਂ ਨੇ ਕਿਸ ਤਰ੍ਹਾਂ ਫੀਲ ਕੀਤਾ ਇਸ ਸਮੱਸਿਆ ਬਾਰੇ ਜਾਂ ਤੁਹਾਡੇ ਅਖਬਾਰ ਜਾਂ ਪੱਤਰਕਾਰ 'ਚ ਕਿਹੋ ਜਿਹੀਆਂ ਰਚਨਾਵਾਂ ਛਪਦੀਆਂ ਉਹਦੇ ਬਾਰੇ ਉਹਨਾਂ ਦਾ ਕੀ ਰਿਐਕਸ਼ਨ ਹੈ ਅਤੇ ਤੁਸੀਂ ਕੀ ਕਰਦੇ ਹੈ ਆਪਣੀਆਂ ਪੱਤਰਕਾਰਾਂ ਦੇ ਵਿੱਚ ਵਨ ਵੇ ਟ੍ਰੈਫਿਕ ਜਾ ਰਿਹਾ ਟੂ ਵੇ ਟ੍ਰੈਫਿਕ ਹੋਣਾ ਚਾਹੀਦਾ ਕਿ ਉਹਨਾਂ ਦੀ ਗੱਲ ਵੀ ਤੁਹਾਡੇ ਤੱਕ ਆਵੇ ਔਰ ਤੁਹਾਡੀ ਗੱਲ ਵੀ ਉਹਨਾਂ ਤੱਕ ਆਵੇ ਅਤੇ ਵਨ ਵੇ ਟ੍ਰੈਫਿਕ ਨਾਲ ਗੱਲ ਨਹੀਂ ਕਰੋ ਔਰ ਖਾਸ ਤੌਰ 'ਤੇ ਜਿਸ ਤਰ੍ਹਾਂ ਦੇ ਅਸੀਂ ਸੰਕਟ ਗ੍ਰਸਤ ਸਥਿਤੀਆਂ ਦਾ ਹੁਣ ਮੁਕਾਬਲਾ ਕਰ ਰਹੇ ਹਾਂ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਵਿੱਚ ਸਾਨੂੰ ਚਾਹੀਦਾ ਹੈ ਕਿ ਅਸੀਂ ਇਹ ਸੋਚਦੇ ਰਹੀਏ ਕਿ ਜੇ ਸੰਵਾਦ ਨਹੀਂ ਹੋ ਰਿਹਾ ਤਾਂ ਕਿਹੋ ਜਿਹੇ ਉਪਰਾਲੇ ਕੀਤੇ ਜਾਣ ਵੀ ਸਾਡਾ ਜਿਹੜਾ ਲਿੰਕ ਹੈ ਪਾਠਕਾਂ ਦੇ ਨਾਲ ਜੁੜਿਆ ਰਹੇ ਇਸ ਸਾਰੀ ਸਥਿਤੀ ਵਿੱਚ ਜਿਹੜੀ ਅਸੀਂ ਦੇਖੀ ਆ ਵੀ ਸੰਵਾਦ ਦੀ ਅਣਹੋਂਦ ਦੀ ਸਥਿਤੀ ਇਹਦੇ ਵਿੱਚ ਮੈਂ ਕਹਿੰਦਾ ਵੀ ਸਾਡੇ ਕੈਨੇਡਾ ਦੇ ਵਧੇਰੇ ਲੇਖਕਾਂ ਦਾ ਜਿਹੜਾ ਵਤੀਰਾ ਸੀ ਮੇਰੇ ਵਿਚਾਰ ਅਨੁਸਾਰ ਬਹੁਤ ਹੀ ਨਿਰਾਸ਼ਾਜਨਕ ਰਿਹਾ ਔਰ ਬਹੁਤ ਸਾਰੇ ਸਾਡੇ ਲੇਖਕ ਔਰ ਜਿਹੜੇ ਬੁੱਧੀਜੀਵੀ ਸੀਗੇ ਜਿਨ੍ਹਾਂ ਵਿੱਚ ਮੈਂ ਸਮਝਦਾ ਵੀ ਸਮਰੱਥਾ ਤਾਂ ਸੀ ਪਰ ਉਹਨਾਂ ਦੇ ਕੀ ਨਿੱਜੀ ਕਾਰਨ ਸੀ ਉਹਨਾਂ ਨੇ ਸਾਹਿਤਕ ਧਰਾਤਲ 'ਤੇ ਖੜ ਕੇ ਸੰਵਾਦ ਰਚਾਉਣ ਦੀ ਥਾਂ ਉਹ ਗੁਰਦੁਆਰਿਆਂ ਮੰਦਰਾਂ ਦੀ ਉਸਾਰੀ ਵੱਲ ਜੁੱਟ ਗਏ ਉੱਧਰ ਉਹਨਾਂ ਦਾ ਧਿਆਨ ਚਲਾ ਗਿਆ ਵੀ ਗੁਰਦੁਆਰਿਆਂ ਵਿੱਚ ਜਾਂ ਮੰਦਰਾਂ 'ਚ ਜਾ ਕੇ ਤਾਂ ਸੰਵਾਦ ਰਚਾਈਏ ਪਰ ਜਿੱਥੇ ਖੜ ਕੇ ਉਹਨਾਂ ਨੂੰ ਸੰਵਾਦ ਰਚਾਉਣਾ ਚਾਹੀਦਾ ਉੱਥੇ ਉਹਨਾਂ ਨੇ ਸੰਵਾਦ ਨਹੀਂ ਰਚਾਇਆ ਔਰ ਇਹਦਾ ਨੁਕਸਾਨ ਇਹ ਹੁੰਦਾ ਕਿ ਸਾਡੇ ਪਾਠਕਾਂ ਵਿੱਚ ਜਾਂ ਸਾਡੇ ਸਰੋਤਿਆਂ ਦੇ ਵਿੱਚ ਸਾਡੇ ਸਾਹਿਤ ਦੇ ਬਾਰੇ ਸ਼ੰਕੇ ਪੈਦਾ ਹੋ ਜਾਂਦੇ ਆ ਕਿ ਸਾਡੇ ਸਾਹਿਤ ਵਿੱਚ ਤਾਕਤ ਹੀ ਨਹੀਂ ਹੈ ਕਿ ਉਹ ਇਹੋ ਜਿਹੀਆਂ ਹਾਲਤਾਂ ਦਾ ਮੁਕਾਬਲਾ ਕਰ ਸਕੇ ਜੇਕਰ ਅਸੀਂ ਉਹਨਾਂ ਦੇ ਪਲੈਟਫਾਰਮ ਤੋਂ ਜਾ ਕੇ ਗੱਲ ਕਰਨੀ ਹੈ ਤਾਂ ਉਹਨਾਂ ਦੀ ਪਹਿਲੀ ਹਮਾਇਤ ਅਸੀਂ ਉੱਥੇ ਕਰ ਦਿੱਤੀ ਕਿ ਅਸੀਂ ਉਹਨਾਂ ਦੇ ਪਲੈਟਫਾਰਮ 'ਤੇ ਜਾ ਕੇ ਗੱਲ ਕਰ ਰਹੇ ਹਾਂ ਸਾਨੂੰ ਸਾਡੇ ਪਲੈਟਫਾਰਮ ਦੇ ਵਿੱਚ ਹੀ ਯਕੀਨ ਨਹੀਂ ਔਰ ਇਹੋ ਜਿਹੀ ਸਥਿਤੀ ਦੇ ਵਿੱਚ ਬਹੁਤ ਸਾਰੀਆਂ ਅਖਬਾਰਾਂ ਨੇ ਧਾਰਮਿਕ ਭਾਵਨਾਵਾਂ ਨੂੰ ਅੱਗੇ ਲਿਆ ਕੇ ਕਾਫੀ ਲਾਹਾ ਖੱਟਿਆ ਔਰ ਇਹਦੇ ਬਾਰੇ ਵੀ ਨੋਟ ਕਰਨੀ ਚਾਹੀਦੀ ਹੈ ਗੱਲ ਇੱਥੇ ਆ ਕੇ ਮੈਂ ਕਹਿਣਾ ਚਾਹੁੰਦਾ ਵੀ ਜਦੋਂ ਸੰਵਾਦ ਰਚਾਉਣ ਦੀ ਗੱਲ ਹੋਈ ਤਾਂ ਕਿਹੋ ਜਿਹੇ ਵਿਸ਼ਿਆਂ ਉੱਤੇ ਹੋਰ ਸੰਵਾਦ ਰਚਾਇਆ ਜਾਣਾ ਚਾਹੀਦਾ ਕਿਉਂਕਿ ਅਸੀਂ ਇੱਕ ਟੋਟਲ ਗੱਲ ਕਰ ਰਹੇ ਹਾਂ ਸਾਹਿਤਕ ਔਰ ਸੱਭਿਆਚਾਰਕ ਸੰਵਾਦ ਦੀ ਗੱਲ ਇਹਦੇ ਵਿੱਚ ਇੱਕ ਖਾਸ ਤੌਰ 'ਤੇ ਸਾਹਿਤਕਾਰਾਂ ਨਾਲ ਸੰਬੰਧਿਤ ਵਿਸ਼ਾ ਹੈ ਵੀ ਸਾਨੂੰ ਭਾਰਤੀ ਆਲੋਚਕਾਂ ਨਾਲ ਹਿੰਦੁਸਤਾਨ ਦੇ ਆਲੋਚਕਾਂ ਨਾਲ ਵੀ ਸੰਵਾਦ ਰਚਾਉਣਾ ਚਾਹੀਦਾ ਕੀ ਹੁੰਦਾ ਵੀ ਭਾਰਤੀ ਆਲੋਚਕਾਂ ਨੇ ਸਾਡੇ ਕੈਨੇਡਾ ਦੇ ਬਹੁਤ ਸਾਰੇ ਲੇਖਕਾਂ ਬਾਰੇ ਪੁਰਾਣੀਆਂ ਧਾਰਨਾਵਾਂ ਬਣਾਈਆਂ ਹੋਈਆਂ ਜੋ ਕੁਝ ਉਹਨਾਂ ਨੇ 15 ਸਾਲ 20 ਸਾਲ ਪਹਿਲੇ ਲਿਖਿਆ ਉਹੋ ਜਿਹੇ ਵਿਚਾਰ ਲਈ ਜਾ ਰਿਹਾ ਉਹ ਅੱਜ ਦੀਆਂ ਜਿਹੜੀਆਂ ਪ੍ਰਸਥਿਤੀਆਂ ਵਿੱਚ ਸਾਡੇ ਲੇਖਕਾਂ ਦਾ ਕਿਹੋ ਜਿਹਾ ਵਤੀਰਾ ਰਿਹਾ ਜਾਂ ਕਿਹੋ ਜਿਹੀਆਂ ਉਹਨਾਂ ਦੀਆਂ ਰਚਨਾਵਾਂ ਪੈਦਾ ਹੋਈਆਂ ਉਹ ਉਹਨਾਂ ਦੇ ਬਾਰੇ ਕੋਈ ਧਿਆਨ ਨਹੀਂ ਦਿੰਦੇ ਇਹ ਮੈਂ ਖਾਸ ਤੌਰ 'ਤੇ ਇਹ ਵਿਸ਼ਾ ਤਾਂ ਛੇੜਿਆ ਕਿਉਂਕਿ ਪਿਛਲੇ ਸਾਲ ਮੈਂ ਹਿੰਦੁਸਤਾਨ ਵੀ ਗਿਆ ਸੀ ਔਰ ਉੱਥੇ ਦੇ ਜਿਹੜੇ ਵੱਡੇ ਵੱਡੇ ਲੇਖਕ ਹੈ ਔਰ ਵੱਡੇ ਵੱਡੇ ਆਲੋਚਕ ਹੈ ਉਹਨਾਂ ਨਾਲ ਇਸ ਗੱਲ ਬਾਰੇ ਮੇਰੀ ਬਹਿਸ ਵੀ ਹੋਈ ਵੀ ਤੁਸੀਂ ਨਵੀਆਂ ਪ੍ਰਸਥਿਤੀਆਂ ਬਾਰੇ ਜਾਣਕਾਰੀ ਨਹੀਂ ਲੈਂਦੇ ਔਰ ਜੋ ਕੋਈ ਤੁਹਾਡੇ ਕੋਲ 15-20 ਸਾਲ ਪਹਿਲੇ ਜਾਂ 10 ਸਾਲ ਪਹਿਲੇ ਦੀ ਜਾਣਕਾਰੀ ਉਹਦੇ ਆਧਾਰ ਉੱਤੇ ਹੀ ਤੁਸੀਂ ਆਲੋਚਨਾ ਕਰੀ ਜਾ ਰਹੇ ਹੋ ਅਖੀਰਲੀਆਂ ਗੱਲਾਂ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਬਈ ਸਾਡੇ ਲੇਖਕਾਂ ਨੂੰ ਖਾਸ ਤੌਰ 'ਤੇ ਸੰਵਾਦ ਰਚਾਉਣ ਬਾਰੇ ਜਾਂ ਉਹਨਾਂ ਲੇਖਕਾਂ ਦੀਆਂ ਲਿਖਤਾਂ ਬਾਰੇ ਸੰਵਾਦ ਰਚਾਉਣ ਬਾਰੇ ਇਹ ਦੇਖਣਾ ਚਾਹੀਦਾ ਵੀ ਕਿਸੇ ਲੇਖਕ ਦੀ ਜਿਹੜੀ ਲਿਖਤ ਹੈ ਕਿਤੇ ਇੱਕ ਫਿਰਕੇ ਵੱਲ ਔਲਾਦ ਨਾ ਹੋਵੇ ਜੇ ਕਿਸੇ ਲੇਖਕ ਨੇ ਇਸ ਤਰ੍ਹਾਂ ਦੀਆਂ ਲਿਖਤਾਂ ਲਿਖੀਆਂ ਤਾਂ ਉਹਨਾਂ ਨੂੰ ਖਾਸ ਤੌਰ 'ਤੇ ਸਾਨੂੰ ਵਿਚਾਰਨਾ ਚਾਹੀਦਾ ਔਰ ਉਹਦੇ ਬਾਰੇ ਸੰਵਾਦ ਰਚਾਉਣਾ ਚਾਹੀਦਾ ਤਾਂ ਕਿ ਉਹ ਲੇਖਕ ਹੈ ਜਿਹੜੇ ਮੁੜ ਇਹੋ ਜਿਹੀ ਗਲਤੀ ਨਾ ਕਰਨ ਔਰ ਕੁਛ ਹੋਰ ਵਿਸ਼ੇ ਜਿਨ੍ਹਾਂ ਬਾਰੇ ਮੈਂ ਇਸ ਪਰਚੇ ਵਿੱਚ ਕਿਹਾ ਵੀ ਸੰਵਾਦ ਰਚਾਉਣੇ ਚਾਹੀਦੇ ਆ ਉਹਨੇ ਵਿਸ਼ਵ ਅਮਨ ਔਰਤਾਂ ਲਈ ਸਮਾਜਿਕ ਸੱਭਿਆਚਾਰਕ ਆਰਥਿਕ ਸਮਾਨਤਾ ਦੀ ਲੋੜ
ਭਾਰਤੀ ਸਮਾਜ ਵਿੱਚ ਜਾਤ ਪਾਤ ਧਰਮ ਅਤੇ ਇਲਾਕਾਈ ਵਟਰੇਵੇਂ ਦੀ ਭਾਵਨਾ ਦੇਸ਼ ਵਿੱਚ ਵੀ ਅਤੇ ਕੌਮਾਂਤਰੀ ਪੱਧਰ ਉੱਤੇ ਮਨੁੱਖੀ ਨਾ ਬਰਾਬਰਤਾ ਅਤੇ ਮਨੁੱਖੀ ਹੱਕਾਂ ਦੀ ਰਾਖੀ ਦਾ ਮਸਲਾ ਭ੍ਰਿਸ਼ਟ ਰਾਜਨੀਤੀ ਧਾਰਮਿਕ ਜਨੂੰਨਵਾਦ ਨਸਲਵਾਦ ਸੱਭਿਆਚਾਰਕ ਅਤੇ ਆਰਥਿਕ ਸਮੱਸਿਆਵਾਂ ਵੀ ਸਾਡੇ ਸੰਵਾਦ ਦੇ ਵਿਸ਼ੇ ਬਣਨੇ ਚਾਹੀਦੇ ਆ। ਔਰ ਇੱਥੇ ਮੈਂ ਇਹ ਵੀ ਕਹਿ ਦੇਣਾ ਚਾਹੁੰਦਾ ਕਿ ਕੁਛ ਸਾਡੇ ਲੇਖਕ ਔਰ ਬੁੱਧੀਜੀਵੀ ਰੂੜੀਵਾਦੀ ਵਿਚਾਰਾਂ ਦੇ ਹੈਗੇ ਆ ਔਰ ਸੀਮਤ ਸੋਚ ਵਾਲੇ ਹੈਗੇ ਜਿਹੜੇ ਮੈਂ ਹੁਣ ਕਹੇ ਵੀ ਇਹਨਾਂ ਵਿਸ਼ਿਆਂ ਬਾਰੇ ਸੰਵਾਦ ਹੋਣਾ ਚਾਹੀਦਾ।